ਮਜੀਠਾ ਹਲਕੇ ਦੇ ਬੱਗਾ ਪਿੰਡ ਵਿੱਚ ਹੋਈ ਦਲਿਤ ਪਰਿਵਾਰ ਦੇ ਨਾਲ ਕੁੱਟਮਾਰ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਐਸਸੀ ਕਮਿਸ਼ਨ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਨਾਲ ਹੀ ਇਸ ਮਾਮਲੇ ਵਿੱਚ ਐਸਸੀ ਕਮਿਸ਼ਨ ਵੱਲੋਂ ਬਣਾਈ ਗਈ 3 ਮੈਂਬਰੀ ਕਮੇਟੀ ਛੇਤੀ ਹੀ ਰਿਪੋਰਟ ਸੌਂਪੇਗੀ। ਅੰਮ੍ਰਿਤਸਰ ਜ਼ਿਲ੍ਹੇ ਦੇ ਤਹਿਤ ਆਉਣ ਵਾਲੇ ਮਜੀਠਾ ਹਲਕੇ ਦੇ ਬੱਗਾ ਪਿੰਡ ਵਿੱਚ ਪਿਛਲੇ ਦਿਨੀ ਦਲਿਤ ਕਸ਼ਮੀਰ ਸਿੰਘ ਅਤੇ ਉਸਦੇ ਪਰਿਵਾਰ ਨਾਲ ਹੋਈ ਕੁੱਟਮਾਰ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਐਸਸੀ ਕਮਿਸ਼ਨ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਐਸਸੀ ਕਮਿਸ਼ਨ ਨੂੰ ਸੌਂਪੀ ਗਈ ਰਿਪੋਰਟ 'ਚ ਪੰਜਾਬ ਪੁਲਿਸ ਦਾ ਕਹਿਣਾ ਕਿ ਉਸ ਨੇ ਮਾਮਲੇ 'ਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ, ਨਾਲ ਹੀ ਮੁਲਜ਼ਮਾਂ ਦੇ ਖਿਲਾਫ ਐਸਸੀ ਐਕਟ ਦੀ ਧਾਰਾ ਨੂੰ ਵੀ ਸ਼ਾਮਲ ਕੀਤਾ ਗਿਆ। ਇੱਕ ਦੋਸ਼ੀ ਗ੍ਰਿਫਤਾਰ ਹੋ ਗਿਆ, ਬਾਕੀ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਲਈ ਟੀਮਾਂ ਭੇਜੀਆਂ ਜਾ ਰਹੀਆਂ ਅਤੇ ਉਹਨਾਂ ਨੇ ਦੱਸਿਆ ਵੀ ਅਸੀਂ ਉਹਨਾਂ ਦੇ ਜੋ ਬਿਆਨ ਆ ਉਹਦੇ ਮੁਤਾਬਕ ਐੱਫ ਆਈ ਆਰ ਦਰਜ ਕਰਕੇ ਐਸਸੀ ਐਕਟ 'ਚ ਉਹ 'ਚ ਐੱਫ ਆਈ ਆਰ 'ਚ ਵਾਧਾ ਕਰਕੇ ਐਸਸੀ ਐਕਟ ਲਗਾ ਦਿੱਤਾ। ਇੱਕ ਉਹਨਾਂ ਨੇ ਕਿਹਾ ਵੀ ਉਹਨਾਂ ਨੇ 300-452 ਦਾ ਉਹਨਾਂ ਨੇ ਕਿਹਾ ਘਰ ਵਿੱਚ ਹਮਲਾ ਸਾਡੇ ਹੋਇਆ ਉਹ ਵੀ ਲਗਾ ਦਿੱਤਾ। ਨਾਲ ਹੀ ਐਸਸੀ ਕਮਿਸ਼ਨ ਦੇ ਵੱਲੋਂ ਬਣਾਈ ਗਈ ਇਸ ਮਾਮਲੇ 'ਚ 3 ਮੈਂਬਰੀ ਕਮੇਟੀ ਵੀ ਜਲਦ ਹੀ ਰਿਪੋਰਟ ਸੌਂਪੇਗੀ। ਐਸਸੀ ਕਮਿਸ਼ਨ ਦੇ ਚੇਅਰਮੈਨ ਦੀ ਮੰਨੀਏ ਤਾਂ ਉਹਨਾਂ ਨੂੰ ਸਿਰਫ ਮੈਡੀਕਲ ਰਿਪੋਰਟ ਦੀ ਉਡੀਕ ਹੈ। ਅਤੇ ਇੱਕ ਐੱਸ ਆਈ ਟੀ ਨੂੰ ਕਿਹਾ ਵੀ ਜਿੰਨੇ ਵੀ ਕੇਸ ਆ ਇਹਦੇ ਸੰਬੰਧ ਵਿੱਚ ਸਾਰਿਆਂ ਦੀ ਜਾਂਚ ਕਰਕੇ ਸਾਨੂੰ ਰਿਪੋਰਟ ਉਹ ਦਿਓ ਤਾਂ ਜੋ ਕਿਸੇ ਵੀ ਸ਼ਡਿਊਲ ਕਾਸਟ ਨੂੰ ਇਨਸਾਫ ਪੂਰੀ ਤਰ੍ਹਾਂ ਮਿਲ ਸਕੇ। ਇਹ ਆਪਣੇ ਪੱਧਰ 'ਤੇ ਵੀ ਇੱਕ ਜਾਂਚ ਕਰਵਾ ਰਹੇ ਹਾਂ, ਉਹ ਵੀ ਸਾਡੇ ਉਹ ਮੈਂਬਰਾਂ ਨੇ ਟਾਈਮ ਮੰਗਿਆ ਕਿਉਂਕਿ ਮੈਡੀਕਲ ਰਿਪੋਰਟ 'ਚ ਹਲੇ ਥੋੜ੍ਹਾ ਟਾਈਮ ਰਹਿੰਦਾ। ਗੌਰਤਲਬ ਹੈ ਕਿ ਪਿਛਲੇ ਦਿਨੀ ਬੱਗਾ ਪਿੰਡ ਵਿੱਚ ਦਲਿਤ ਕਸ਼ਮੀਰ ਸਿੰਘ ਅਤੇ ਉਸਦੇ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਸੀ। ਇਸ ਮੁੱਦੇ 'ਤੇ ਰੱਜ ਕੇ ਸਿਆਸਤ ਵੀ ਹੋ ਰਹੀ ਹੈ। ਪੁਨੀਤ ਪਰਿੰਜਾ, ਜ਼ੀ ਮੀਡੀਆ, ਚੰਡੀਗੜ੍ਹ।